ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਜਗਦੇਵ ਤਲਵੰਡੀ, ਤੁਹਾਡਾ ਧੰਨਵਾਦ ਫਿਰ ਤੋਂ ਮੇਰੇ ਵਾਪਸ ਚੈਨਲ 'ਤੇ ਆਉਣ ਲਈ। ਸੋ ਅੱਜ ਦਿਨ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਵੱਡ ਵਡੇਰ ਤੋਂ, ਜਠੇਰਿਆਂ ਤੋਂ, ਕਿਉਂਕਿ ਅੱਜ ਤੁਹਾਨੂੰ ਪਤਾ ਹੀ ਆ ਦਿਵਾਲੀ ਦਾ ਤਿਉਹਾਰ ਆ, ਅਤੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆਪਾਂ ਬਾਬੇ ਕਾਲੇ ਮਹਿਰ ਜੀ ਦੇ ਜਾ ਕੇ ਦਰਸ਼ਨ ਕਰਕੇ, ਅਤੇ ਨਾਲ ਹੀ ਆਪਾਂ ਚੱਲਾਂਗੇ ਆਪਣੇ JSN ਦੇ ਸ਼ੂਟਿੰਗ ਸਟੂਡੀਓ 'ਚ ਪਿੰਡ ਦਾਰਾਪੁਰ ਵਿੱਚ। ਚਲੋ ਚੱਲਦੇ ਹਾਂ। ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਦਿਵਾਲੀ ਦੀਆਂ ਵਧਾਈਆਂ। ਹੁਣ ਦੇਸਾਂ ਵਿਦੇਸਾਂ ਵਿੱਚ ਜਿੰਨੇ ਆਪਣੇ ਪੰਜਾਬੀ ਭੈਣ ਭਾਈ ਵੱਸਦੇ ਆ, ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ। ਚਲੋ ਕਰਦੇ ਅੱਜ ਦਿਨ ਦੀ ਸ਼ੁਰੂਆਤ ਬਾਬੇ ਕਾਲੇ ਮਹਿਰ ਜੀ ਤੋਂ। ਚਲੋ ਜੀ, ਮਹਿਰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਦਿਵਾਲੀ ਦਾ ਤਿਉਹਾਰ ਆ, ਹਰੇਕ ਹੀ ਆਪਦੇ ਵੱਡ ਵਡੇਰਿਆਂ ਅਤੇ ਜਠੇਰਿਆਂ 'ਤੇ ਜਾਂਦਾ। ਅੱਜ ਆਪਾਂ ਵੀ ਆਪਣੇ ਜਠੇਰੇ ਆ ਬਾਬਾ ਕਾਲਾ ਮਹਿਰ ਪਿੰਡ ਮੇਸਰੀ ਵਿੱਚ, ਆਪਾਂ ਆਹ ਸਾਹਮਣੇ ਦੇਖ ਰਹੇ ਹਾਂ ਬਾਬੇ ਕਾਲੇ ਮਹਿਰ ਦੀ ਜਗ੍ਹਾ। ਇੱਥੇ ਅੱਜ ਦਿਵਾਲੀ ਵਾਲਾ ਤਿਉਹਾਰ ਆ, ਸੋ ਇੱਥੇ ਆਪਾਂ ਅੱਜ ਮੱਥਾ ਟੇਕਣ ਚੱਲੇ ਹਾਂ ਆਪਦੇ ਬਜ਼ੁਰਗਾਂ ਨੂੰ। ਆਵਾਜ਼ ਉੱਥੋਂ ਆਪਾਂ ਵਿਖਾਉਂਦੇ ਹਾਂ ਆਹ ਬਾਬਾ ਕਾਲਾ ਮਹਿਰ ਜੀ ਪਿੰਡ ਮੇਸਰੀ ਵਿੱਚ। ਲਓ ਜੀ, ਆ ਗਈ ਆਪਣੇ ਬਜ਼ੁਰਗਾਂ ਦੀ ਜਗ੍ਹਾ ਬਾਬਾ ਕਾਲਾ ਮਹਿਰ ਜੀ। ਲਓ ਜੀ, ਧੰਨ ਧੰਨ ਬਾਬਾ ਕਾਲਾ ਮਹਿਰ ਜੀ ਮੇਸਰੀ ਆਪਾਂ ਪਹੁੰਚ ਗਏ ਹਾਂ। ਪੁਰਾਣੀ ਜਗ੍ਹਾ ਸੀ ਇੱਥੇ, ਹੁਣ ਚੱਕ ਕੇ ਉਹ ਤੁਹਾਨੂੰ ਮੈਂ ਪਹਿਲਾਂ ਵਿਖਾਇਆ। ਇੱਥੇ ਆਪਾਂ ਆ ਗਏ ਪੁਰਾਣੀ ਜਗ੍ਹਾ। ਲਓ ਜੀ, ਆਹ ਸਾਡੇ ਬਾਪੂ ਜੀ ਆ ਬਾਬਾ ਕਾਲਾ ਮਹਿਰ ਜੀ। ਆ ਬਾਪੂ ਕਾਲਾ ਮਹਿਰ ਜੀ ਆ, ਕਰ ਲਓ ਦਰਸ਼ਨ ਬਾਪੂ ਕਾਲਾ ਮਹਿਰ ਜੀ। ਇਹ ਸੰਧੂਆਂ ਦੇ ਜਠੇਰੇ ਆ, ਸੰਧੂ ਗੋਤ ਆ ਜਿਹਨਾਂ ਦਾ, ਪਿੰਡ ਮੇਸਰੀ ਵਿੱਚ ਸਾਡੇ ਬਾਪੂ ਜੀ ਦੀ ਕਾਲੇ ਮਹਿਰ ਜੀ ਦੀ ਜਗ੍ਹਾ ਬਣੀ ਹੋਈ ਆ। ਉੱਥੇ ਅੱਜ ਨਮਸਤਕ ਹੋਣ ਆਏ ਸੀ। ਜੈ ਮੇਰੇ ਦਾ। ਬਾਪੂ ਜੀ ਦਾ ਦਰਬਾਰ ਆ ਬਾਪੂ ਕਾਲੇ ਮਹਿਰ ਜੀ ਦਾ। ਕਿਆ ਇਹ ਸਾਡੇ ਜਠੇਰਿਆਂ ਦੀ ਜਗ੍ਹਾ, ਜਿਵੇਂ ਕਿ ਤੁਹਾਨੂੰ ਮੈਂ ਅੰਦਰ ਵਿਖਾ ਦਿੱਤਾ, ਅਤੇ ਆਪਾਂ ਚੱਲ ਰੱਬ ਰੱਬ ਜਿੰਨੀ ਜੋਗੇ ਸੀ ਆਪਾਂ ਰੱਬ ਰੱਬ ਕਰਕੇ ਅਤੇ ਆਪਦੇ ਜਠੇਰਿਆਂ ਦੇ ਮੱਥਾ ਟੇਕ ਲਿਆ, ਅਤੇ ਬਾਕੀ ਆ ਤੁਸੀਂ ਤੁਹਾਨੂੰ ਮੈਂ ਵਿਖਾ ਹੀ ਦਿੱਤਾ ਸਾਰਾ ਕੁਛ। ਠੀਕ ਹੈ ਜੀ, ਹੁਣ ਅੱਗੇ ਆਪਾਂ ਚੱਲਾਂਗੇ ਆਪਣੇ ਸ਼ਾਮ ਨੂੰ ਆਪਣੀ ਹਵੇਲੀ ਵਿੱਚ, ਉੱਥੇ ਵੀ ਚੱਲ ਦਿੰਦੇ ਆ ਹੈਗਾ ਦੀਪਮਾਲਾ ਕਰ ਆਵਾਂਗੇ। ਠੀਕ ਹੈ ਜੀ, ਮਿਲਦੇ ਹੁਣ ਆਪਾਂ ਆਪਣੀ ਹਵੇਲੀ 'ਚ। ਵੀ ਆਹ ਆਪਣੀ ਹਵੇਲੀ ਆ ਯਾਰ, ਹੁਣ ਨਾ ਹਾਲਤ ਥੋੜ੍ਹੀ ਜਿਹੀ ਖਰਾਬ ਹੋਈ ਪਈ ਇਹਦੀ, ਕਿਉਂਕਿ ਸਫਾਈ ਸਫੂਈ ਨਹੀਂ ਕੀਤੀ। ਅੱਜ ਆਪਾਂ ਇੱਥੇ ਦੀਵੇ ਵਗੈਰਾ ਜਗਾਉਣ ਆਏ ਦਿਵਾਲੀ ਕਰਕੇ। ਆਹ ਲਾਈਟਾਂ ਲੁਟੀਆਂ ਬੰਦ ਪਈਆਂ ਪਈਆਂ ਯਾਰ, ਆਹ ਆਪਣਾ ਖੂਹ ਆ। ਚਲੋ ਕੋਈ ਨਹੀਂ, ਜਗਾਉਣੇ ਲਾਈਟਾਂ ਲੁਟਾਂ ਜਿਵੇਂ ਵੀ ਹੋਏਗਾ। ਲੈ ਬਈ, ਆਹ ਆਪਣੀ ਹਵੇਲੀ 'ਚ ਆ। ਲੈ ਬਈ, ਆਪਾਂ ਹਵੇਲੀ ਦੇ ਬਾਹਰ ਰੱਖਦੇ ਹਾਂ। ਹੁਣ ਦੂਸਰੀ ਸਾਈਡ ਰੱਖਦੇ ਹਾਂ।
ਲੈ ਵੀ ਆ ਹਵੇਲੀ 'ਚ ਆਪਣੇ ਉਹੀ ਗੱਲ ਆ ਵੀ ਹੁਣ ਪੈਰਵਾਈ ਨਹੀਂ ਬਾਹਲੀ ਹੁੰਦੀ ਕਰਕੇ ਹਵੇਲੀ 'ਚ ਹਾਲਤ ਖਸਤਾ ਹੀ ਹੋਈ ਪਈ ਆ। ਸੋ ਹੱਲ ਲੈ ਇੱਥੇ ਆਪਣਾ ਵਲੋਗ ਖਤਮ ਹੁੰਦਾ। ਸੋ ਸਾਰੇ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਮੇਰੇ ਭਰਾ ਸਾਹਿਬ ਮੇਰੇ ਭੈਣ ਭਰਾ ਬੈਠੇ ਆ, ਸਾਰਿਆਂ ਨੂੰ ਦਿਵਾਲੀ ਦੀ ਲੱਖ ਲੱਖ ਵਧਾਈਆਂ ਤੁਹਾਡੇ ਛੋਟੇ ਵਿੱਚ ਦੇਖਣ ਵਾਲੀ ਵੱਲ। ਜੇ ਇਹ ਮੇਰਾ ਵਲੋਗ ਸਾਨੂੰ ਪਸੰਦ ਆਇਆ ਹੋਵੇ ਤਾਂ ਪਲੀਜ਼ ਸਾਡਾ ਚੈਨਲ ਜੇ ਐਸ ਐਮ ਦੀ ਫਿਲਮ ਅਤੇ ਯਾਰ ਤਲਵੰਡੀ ਫਿਲਮ ਦੋਵੇਂ ਚੈਨਲ ਆਪਣੇ ਇਹ ਸਬਸਕ੍ਰਾਈਬ ਅਤੇ ਲਾਈਕ ਕਮੈਂਟ ਜ਼ਰੂਰ ਕਰਿਆ ਸਾਰੇ।